श्रोमणी अकाली दल की ओर से विधानसभा क्षेत्र धूरी से हरी सिंह को अपना उम्मीदवार बनाया गया है। हरी सिंह ने आज धूरी में अकाली दल के दफ्तर पहुंचकर प्रेस को संबोधन किया। हरी सिंह ने कहा कि पार्टी ने जो उनकी जिम्मेदारी लगाई है वह उसे ईमानदारी और मेहनत से पूरा करेंगे और पार्टी के सभी वर्करों को साथ लेकर चलेंगे। धूरी से जगतार बाबा की रिपोर्ट। अज मैं पहला तो धूरी शहर के सारे ही पतवंते सज्जन जो इत्थे आए हैं उन्हां दा मैं बहुत बहुत धन्यवाद करदा। मैं जो मैनू पार्टी ने यह सेवा लाई है मैं तन मन धन नाले निभावांगा। जो भी धूरी शहर दियां पिंडां दियां मुश्किलां हन उन्हां नू पहल दे आधार ते हल करवावांगे। वो असीं सारे इत्थे वोटरां दे सहयोग नाल अते जो भी इत्थे साडी पार्टी दे लीडरशिप है उन्हां दे सहयोग नाल असीं इहनू कवर कर लवांगे। कोई रोड शो दी भी तैयारी कीती जा रही है? असीं परसों इत्थे रोड शो करांगे ते तीन टिंडा साहब उहदे अगवाई करनगे ते दफ्तर दे द्वारा साडा उद्घाटन वी करनगे। साडा मेन मुकाबला कांग्रेस नाल। मैनूं अजे मंगां बारे डिटेल च नहीं पता पर जो भी विचारे ਪਈਆਂ ਨੇ ਕੋਈ ਉਹ ਅਸੀਂ ਮੁਕੰਮਲ ਕਰਾਵਾਂਗੇ ਅਤੇ ਜੋ ਸ਼ਹਿਰ ਵਾਸੀ ਇਲਾਕਾ ਵਾਸੀ ਪਿੰਡ ਵਾਸੀ ਜੋ ਵੀ ਸਾਨੂੰ ਦੱਸਣਗੇ ਉਹ ਪਹਿਲ ਦੇ ਆਧਾਰ ਤੇ ਅਸੀਂ ਪੂਰੀਆਂ। ਲੇਟ ਹੋਇਆ ਪਰ ਅਸੀਂ ਸਾਡੇ ਵਰਕਰ ਭਾਵੇਂ ਲੇਟ ਜ਼ਰੂਰ ਹੋਇਆ ਪਰ ਉਹ ਇਕਜੁੱਟ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਹੀ ਖੜੇ ਸੀ ਉਵੇਂ ਹੀ ਅਸੀਂ ਵੇਟ ਕਰ ਰਹੇ ਸੀ ਕਿ ਕੈਂਡੀਡੇਟ ਜਲਦੀ ਤੋਂ ਜਲਦੀ ਆਵੇ। ਸਾਰੇ ਵਰਕਰ ਇਕਜੁੱਟ ਹੋ ਕੇ ਅਸੀਂ ਇਹ ਸੀਟ ਨੂੰ ਪੂਰਾ ਜ਼ੋਰ ਨਾਲ ਅਸੀਂ ਇੱਥੇ ਲੜਾਂਗੇ ਕਿਉਂਕਿ ਢੀਂਡਸਾ ਸਾਹਿਬ ਦਾ ਸੁਖਬੀਰ ਸਿੰਘ ਬਾਦਲ ਜੀ ਦਾ ਇਹ ਹਮੇਸ਼ਾ ਹੀ ਸਾਨੂੰ ਸਾਰਿਆਂ ਨੂੰ ਹੀ ਹੁਕਮ ਹੈ ਕਿ ਇਹ ਸੀਟ ਅਸੀਂ ਜਿਵੇਂ ਮਰਜ਼ੀ ਕਰੀਏ ਅਸੀਂ ਜਿਵੇਂ ਮਰਜ਼ੀ ਆਪਦਾ ਜ਼ੋਰ ਤਾਣ ਲਾਈਏ ਅਸੀਂ ਇਹ ਸੀਟ ਜਿੱਤ ਕੇ ਦੇਵਾਂਗੇ। ਅਤੇ ਸਾਡੇ ਵਰਕਰਾਂ ਦੀ ਗੱਲ ਹੈ ਵਰਕਰ ਸਾਡੇ ਸਾਰੇ ਇੱਕ ਮੁੱਠ ਨੇ ਕਿਉਂਕਿ ਮੈਂ ਹੁਣ ਵੀ ਅਸੀਂ ਸਾਰੇ ਵਰਕਰਾਂ ਨਾਲ ਮਿਲ ਕੇ ਆਏ ਸਾਰੇ ਪਾਰਟੀ ਨਾਲ ਕਿਉਂਕਿ ਸਾਰਿਆਂ ਨੂੰ ਹੀ ਪਤਾ ਕਿ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਸਰਕਾਰ ਅੱਗੇ ਸ਼੍ਰੋਮਣੀ ਅਕਾਲੀ ਦਲ ਦੀ ਬਣਨੀ ਹੈ। ਸੋ ਸਾਡੇ ਵਰਕਰਾਂ 'ਚ ਜੋ ਇੰਥਿਊਜ਼ਿਆਜ਼ਮ ਹੈ ਜਾਂ ਉਹਨਾਂ 'ਚ ਪੋਟੈਂਸ਼ੀਅਲ ਹੈ ਤੁਹਾਡੇ ਸਾਹਮਣੇ ਤੁਸੀਂ ਕੁਛ 5-7 ਦਿਨਾਂ 'ਚ ਹੀ ਦੇਖੋਗੇ ਕਿ ਤੁਹਾਡੇ ਸਾਹਮਣੇ ਦੇਖਣ ਲੱਗ ਜੂਗਾ ਕਿ ਹਾਂ ਜੋ ਸਾਡੇ ਵਰਕਰ ਮਿਹਨਤ ਕਰਦੇ ਆ ਉਹ ਕਿੰਨਾ ਜ਼ੋਰ ਸ਼ੋਰ ਨਾਲ ਕਰਦੇ ਆ ਅਤੇ ਕਿੰਨੇ ਜਲਦੀ ਅਸੀਂ ਇਹ ਸੀਟ ਨੂੰ ਟਰੈਕ 'ਤੇ ਲੈ ਕੇ ਆਉਂਦੇ। ਬਹੁਤ ਧੰਨਵਾਦ।